ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਗਗਨਦੀਪ ਦਾ ਵੀਜ਼ਾ ਆਫਿਕ ਤੋਂ ਇੱਕ ਵਾਰੀ ਫਿਰ ਹਾਜ਼ਰ ਹੋਇਆ ਇਸ ਚੈਨਲ ਦੇ ਥਰੂ ਯੂਕੇ ਦੇ ਅਪਡੇਟਸ ਨੂੰ ਲੈ ਕੇ। ਸੋ ਅਪਡੇਟਸ ਨੂੰ ਦੇਣ ਤੋਂ ਪਹਿਲਾਂ ਮੈਂ ਚਾਹਾਂਗਾ ਜਿਹੜੇ ਵੀ ਵਿਊਵਰਸ ਇਸ ਚੈਨਲ 'ਤੇ ਜੁੜ ਚੁੱਕੇ ਨੇ ਜਾਂ ਜੁੜ ਰਹੇ ਨੇ, ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਤਾਂ ਕਿ ਉਹਨਾਂ ਤੋਂ ਕੋਈ ਵੀ ਮੇਜਰ ਅਪਡੇਟ ਯੂਕੇ ਦਾ ਮਿਸ ਨਾ ਹੋ ਸਕੇ। ਔਰ ਨਾਲ ਦੇ ਨਾਲ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਗਰੁੱਪਸ ਵਿੱਚ, ਆਪਣੇ ਫਰੈਂਡਸ ਦੇ ਨਾਲ, ਆਪਣੇ ਫੈਮਿਲੀ ਮੈਂਬਰਸ ਦੇ ਨਾਲ, ਤਾਂ ਕਿ ਉਹ ਵੀ ਹਰ ਯੂਕੇ ਦੀ ਨਿਊਜ਼ ਦੇ ਨਾਲ ਅਪਡੇਟਡ ਰਹਿਣ। ਸੋ ਅੱਜ ਜਿਹੜੀ ਆਪਾਂ ਬਿਗ ਅਪਡੇਟ ਦੀ ਗੱਲ ਕਰ ਰਹੇ ਹਾਂ ਕਿ ਹੋਮ ਆਫਿਸ ਦੇ ਵੱਲੋਂ ਜਿਹੜੇ ਸਟੈਟਸ, ਨਵੇਂ ਸਟੈਟਸ ਰਿਲੀਜ਼ ਹੋਏ ਨੇ, ਅਤੇ ਉਹਦੇ ਵਿੱਚ ਜਿਹੜਾ ਉਹਨਾਂ ਨੇ ਦੇਖਿਆ ਟਿਲ ਜੂਨ ਔਰ ਟਿਲ ਜੁਲਾਈ 31st ਉਹਨਾਂ ਨੇ ਜਿਹੜੇ ਸਟੈਟਸ ਦੇਖੇ ਨੇ, ਉਹਦੇ ਵਿੱਚ 1.1 million ਵੀਜ਼ਾਸ ਇਸ਼ੂਸ ਹੋਏ ਨੇ ਅਕਰੋਸ ਦੀ ਗਲੋਬ, ਯਾਨੀ ਕਿ ਆਲ ਓਵਰ ਵਰਲਡ ਯੂਕੇ ਦੇ 1.1 million ਵੀਜ਼ਾਸ ਇਸ਼ੂ ਹੋਏ ਜਿਹੜਾ ਹੋਮ ਆਫਿਸ ਨੇ ਨਿਊ ਸਟੈਟਸ ਰਿਲੀਜ਼ ਕੀਤੇ। ਉਹਦਾ ਜਿਹੜਾ ਬ੍ਰੇਕਅਪ ਦੇਖਿਆ ਅਤੇ ਉਹਦੇ ਵਿੱਚ ਦੇਖ ਕੇ ਬੜਾ ਇੱਕ ਤਰੀਕੇ ਨਾਲ ਅੱਛਾ ਵੀ ਲੱਗਾ, ਬਹੁਤ ਵਧੀਆ ਲੱਗਾ ਕਿ ਸਭ ਤੋਂ ਜ਼ਿਆਦਾ ਜਿਹੜਾ ਵੀਜ਼ਾਸ ਰਿਲੀਜ਼ ਹੋਏ ਉਹ ਸਟੱਡੀ ਵੀਜ਼ਾ ਦੇ ਹੋਏ, ਜਿਹਦੇ ਵਿੱਚ 4,68,900 ਵੀਜ਼ਾਸ ਇਸ਼ੂ ਕੀਤਾ ਯੂਕੇ ਨੇ, ਐਂਡ ਆਊਟ ਆਫ ਦੈਟ 3,31,200 ਵੀਜ਼ਾਸ ਵਰਕ ਵੀਜ਼ਾਸ ਦੇ ਰਿਲੀਜ਼ ਹੋਏ। ਪਲੱਸ ਉਹਦੇ ਅੱਗੇ ਜਿਹੜੇ ਵੀਜ਼ਾਸ ਹੋਏ ਉਹ 2,30,000 ਸੈਟਲਮੈਂਟ ਵੀਜ਼ਾ ਸੀ ਐਂਡ 2,30,000, ਐਂਡ ਐਟ ਲਾਸਟ ਜਿਹੜੇ ਫੈਮਿਲੀ ਵੀਜ਼ਾਸ ਇਸ਼ੂਜ਼ ਹੋਏ ਉਹ ਸੀ 82,300 ਵੀਜ਼ਾਸ। ਸੋ ਇੱਥੋਂ ਹੀ ਇੱਕ ਪਤਾ ਲੱਗ ਜਾਂਦਾ ਜਦੋਂ 1.1 million ਵੀਜ਼ਾਸ ਇਸ਼ੂਜ਼ ਹੋ ਰਹੇ ਅਕਰੋਸ ਦੀ ਗਲੋਬ ਟਿਲ ਜੁਲਾਈ 31st ਦਾ ਇਹ ਸਟੈਟਸ ਹੈਗਾ। ਸੋ ਇੱਥੋਂ ਹੀ ਕਲੀਅਰ ਹੋ ਜਾਂਦੀ ਹੈ ਕਿ ਯੂਕੇ ਦੀ ਇੰਟੈਂਸ਼ਨ ਕੀ ਹੈ, ਉਹਦੀ ਮੰਸ਼ਾ ਕੀ ਹੈ, ਕਿਉਂਕਿ ਪਿਛਲੇ ਦਿਨਾਂ ਵਿੱਚ ਹੀ ਹਾਲੀ ਜਿਹੜਾ ਹੈ ਉਹਨਾਂ ਦੇ PM ਯਾਨੀ ਕਿ ਲਿਸ ਟਰੱਸਟ ਜੀ ਨੇ ਇੱਕ ਬਿੱਲ ਦੇ ਆਪਣਾ ਪਾਰਲੀਮੈਂਟ ਦੇ ਅੰਦਰ ਜਿਹੜਾ ਬਿੱਲ ਰੱਖਿਆ ਸੀ ਉਹਦੇ 'ਚ ਡਿਸਕਸ਼ਨ ਹੋਇਆ ਸੀ, ਜਿਹਦੇ ਵਿੱਚ SOL ਲਿਸਟ ਨੂੰ ਵੀ ਐਕਸਪੈਂਡ ਕਰਨ ਦੀ ਗੱਲ ਕੀਤੀ ਗਈ, ਰਾਈਟ। ਉਹਦੇ ਨਾਲ ਨਾਲ ਉਹਨਾਂ ਨੇ ਜਿਹੜੇ ਹੋਰ ਸਟੱਡੀ ਵੀਜ਼ਾਸ ਇਸ਼ੂ ਕਰਨ ਦੀ ਗੱਲ ਹੋਈ, ਵਰਕ ਵੀਜ਼ਾਸ ਨੂੰ ਔਰ ਜਿਹੜੇ ਦੂਸਰੇ ਜਿਹੜੇ ਹੈਗੇ ਨੇ ਸ਼ੋਰਟ ਟਰਮ ਵੀਜ਼ਾਸ ਉਹਨਾਂ ਨੂੰ ਵੀ ਵਧਾਉਣ ਦੀ ਗੱਲ ਕੀਤੀ, ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਨੂੰ ਅੱਗੇ ਲੈ ਕੇ ਆਉਣ ਦੀ ਗੱਲ ਕੀਤੀ ਗਈ। ਸੋ ਉਹ ਕਿੱਥੇ ਨਾ ਕਿੱਥੇ ਜਦੋਂ ਇਹ ਸਟੈਟਸ ਵੀ ਹੁਣ ਰਿਲੀਜ਼ ਹੋਣੇ ਸ਼ੁਰੂ ਹੋਏ ਤਾਂ ਕਲੀਅਰ ਕੱਟ ਇੰਟੈਂਸ਼ਨਸ ਪਤਾ ਲੱਗ ਜਾਂਦੀ ਹੈ ਕਿ ਯੂਕੇ ਨੂੰ ਹਾਲੇ ਵੀ ਕਿੰਨਾ ਕੁ ਇੰਟਰਨੈਸ਼ਨਲ ਯਾਨੀ ਕਿ ਫੋਰਨ ਸਟੂਡੈਂਟਸ ਜਾਂ ਵਰਕਰਸ ਉੱਥੇ ਚਾਹੀਦਾ ਹੈ, ਕਿਉਂਕਿ ਜਦੋਂ ਦਾ ਬ੍ਰੈਗਜ਼ਿਟ ਹੋਇਆ ਯੂਰੋਪੀਅਨ ਯੂਨੀਅਨ ਵੱਲੋਂ ਨੂੰ ਹੁਣ ਉੱਥੋਂ ਦਾ ਵੀਜ਼ਾ ਲੈਣਾ ਜ਼ਰੂਰੀ ਕਰ ਦਿੱਤਾ ਗਿਆ ਕਿ ਜਦੋਂ ਤੱਕ ਉਹਨਾਂ ਦੇ ਕੋਲ ਯੂਕੇ ਦਾ ਵੀਜ਼ਾ ਨਹੀਂ ਹੋਏਗਾ ਉਹ ਲੋਕ ਯੂਕੇ 'ਚ ਐਂਟਰ ਨਹੀਂ ਕਰ ਸਕਦੇ। ਸੋ ਉਹੀ ਸਾਰੀ ਚੀਜ਼ਾਂ ਨੂੰ ਫੁੱਲਫਿਲ ਕਰਨ ਵਾਸਤੇ ਯੂਕੇ ਜਿਹੜਾ ਹੈਗਾ ਹੈ ਵੀਜ਼ਾਸ ਦੇ ਰਿਹਾ ਹੈ, ਔਰ ਆਉਣ ਵਾਲੇ ਟਾਈਮ ਵਿੱਚ ਵੀਜ਼ਾ ਵਿੱਚ ਹੋਰ ਜ਼ਿਆਦਾ ਬੜੋਤਰੀ ਹੋਣੀ ਹੈ, ਯਾਨੀ ਕਿ ਹੋਰ ਜ਼ਿਆਦਾ ਸਕਸੈਸ ਰੇਟ ਵਧਣਾ ਹੈ ਯੂਕੇ ਦਾ। ਸੋ ਇੱਕ ਹੈ ਬੈਟਰ ਟਾਈਮ ਚੱਲ ਰਿਹਾ ਯੂਕੇ ਵਿੱਚ ਜਾ ਕੇ ਆਪਣੇ ਆਪ ਨੂੰ ਸੈਟਲ ਕਰਨ ਦਾ। ਸੋ ਜੋ ਵੀ ਯੂਕੇ ਜਾ ਕੇ ਸਟੱਡੀ ਕਰਨਾ ਚਾਹੁੰਦਾ ਹੈ, ਸੋ ਜਨਵਰੀ ਇਨਟੇਕ ਸਟਿਲ ਅਵੇਲੇਬਲ ਹੈਗਾ ਕਈ ਯੂਨੀਵਰਸਿਟੀਜ਼ ਦਾ, ਕਿਉਂਕਿ ਕਾਫੀ ਯੂਨੀਵਰਸਿਟੀ ਕਲੋਜ਼ ਹੋ ਚੁੱਕੀ ਹੈ ਜਨਵਰੀ ਇਨਟੇਕ ਨੂੰ ਲੈ ਕੇ, ਬਟ ਸਟਿਲ ਹਾਲੇ ਵੀ ਕਈ ਯੂਨੀਵਰਸਿਟੀਜ਼ ਹੈ ਜਿਹਦੇ ਵਿੱਚ ਜਨਵਰੀ ਇਨਟੇਕ ਅਵੇਲੇਬਲ ਹੈਗਾ, ਜਿਹਦੇ ਵਿੱਚ ਰਹਿ ਕੇ ਅਸੀਂ ਤੁਹਾਡਾ ਅਪਲਾਈ ਕਰਾ ਸਕਦੇ ਹਾਂ। ਜੇ ਤੁਸੀਂ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ, ਸੋ ਤੁਸੀਂ ਮੇਰੀ ਇਹ ਸਰਵਿਸਿਜ਼ ਮੇਰੇ ਕਿਸੇ ਵੀ ਨੀਅਰੈਸਟ ਆਫਿਸ ਤੋਂ ਲੈ ਸਕਦੇ, ਬ੍ਰਾਂਚਿਸ ਦੇ ਵਿਜਿਟ ਕਰਕੇ ਲੈ ਸਕਦੇ, ਜਿਹੜਾ ਕਿ ਅੰਮ੍ਰਿਤਸਰ, ਜਲੰਧਰ ਔਰ ਲੁਧਿਆਣਾ ਦੇ ਵਿੱਚ ਹੈ। ਸੋ ਮੈਂ ਸਾਰਿਆਂ ਦੇ ਅੱਗੇ ਇਹ ਰਿਕੁਐਸਟ ਕਰਾਂਗਾ ਕਿ ਜਿਹੜਾ ਵੀ ਬੱਚਾ ਯੂਕੇ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਹੈ, ਇੱਕ ਇਹ ਗੋਲਡਨ ਟਾਈਮ ਚੱਲ ਰਿਹਾ ਜਿਹਦੇ ਵਿੱਚ ਰਹਿ ਕੇ ਜਿੰਨਾ ਜਲਦੀ ਤੋਂ ਜਲਦੀ ਆਪਣਾ ਅਪਲਾਈ ਕਰ ਲਏਗਾ ਉਨਾ ਹੀ ਵਧੀਆ ਰਹੇਗਾ, ਆਪਣੀ ਸੀਟ ਸਿਕਿਓਰ ਕਰਨ ਵਾਸਤੇ, ਆਪਣੇ ਵੀਜ਼ਾ ਨੂੰ ਸਿਕਿਓਰ ਕਰਨ ਵਾਸਤੇ। ਸੋ ਬਿਨਾਂ ਡਿਲੇ ਕੀਤੇ ਕਾਲ ਕਰੋ 90410 90410। ਸੋ ਅੱਜ ਵਾਸਤੇ ਇੰਨਾ ਹੀ, ਬਣੇ ਰਹੋ ਇਸ ਚੈਨਲ 'ਤੇ, ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ ਯੂਕੇ ਦੇ ਅਪਡੇਟਸ ਨੂੰ ਲੈ ਕੇ। ਟਿਲ ਦਾ ਟਾਈਮ, ਥੈਂਕ ਯੂ ਸੋ ਮਚ।